कैनेडा ਦੇ ਵਿੱਚ ਕੁਝ ਨਵੀਆਂ ਅਪਡੇਟਸ ਸੀ ਜਿਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਇਸ ਵੀਡੀਓ ਵਿੱਚ। ਨਾਲ ਦੀ ਨਾਲ ਹੀ ਅਲੱਗ-ਅਲੱਗ ਵੀਜ਼ਾ ਫਾਈਲਸ ਦੇ ਉੱਪਰ ਅੱਜ ਦਾ ਕਰੰਟ ਟਾਈਮਲਾਈਨ ਕੀ ਹੈ ਇਹਦੇ ਬਾਰੇ ਵੀ ਕਾਫੀ ਲੋਕ ਪੁੱਛਦੇ ਨੇ, ਇਹਦੇ ਬਾਰੇ ਵੀ ਡਿਟੇਲ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨੀ ਹੈ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਮੈਂਬਰ ਹਾਂ ਸੀਐਸਸੀਸੀ ਦਾ। ਵੈਲਕਮ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਾਡੇ ਐਮਕਨ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਉੱਪਰ। ਨਵੀਆਂ ਅਪਡੇਟਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਕੋਰੋਨਾ ਦੇ ਕੇਸਿਸ ਥੋੜੇ ਜਿਹਾ ਔਨ ਦਾ ਰਾਈਜ਼ ਨੇ ਵਰਲਡਵਾਈਡ, ਜਿਹਦੇ ਵਿੱਚ ਖਾਸ ਤੌਰ ਤੇ ਚਿੰਤਾ ਹੈਗੀ ਚਾਈਨਾ ਨੂੰ ਲੈ ਕੇ, ਜਿੱਥੇ ਕੁਝ ਉਹਨਾਂ ਦੀਆਂ ਪ੍ਰੋਮੀਨੈਂਟ ਔਰ ਵੱਡੀਆਂ ਸਿਟੀਜ਼ ਦੇ ਵਿੱਚ ਇਸ ਟਾਈਮ ਤੇ ਦੁਬਾਰਾ ਤੋਂ ਫੇਰ ਲੋਕਡਾਊਨ ਹੈਗਾ ਵਾ। ਕੈਨੇਡਾ ਦੇ ਵਿੱਚ ਵੀ ਇਹ ਕੇਸਿਸ ਥੋੜੇ ਜਿਹਾ ਵੱਧ ਰਹੇ ਨੇ। ਇਹਨੂੰ ਦੇਖਦੇ ਹੋਏ ਇੱਕ ਨਵਾਂ ਡਾਇਰੈਕਟਿਵ ਜਿਹੜਾ ਕੈਨੇਡੀਅਨ ਗਵਰਨਮੈਂਟ ਨੇ ਹੁਣ ਅਨਾਉਂਸ ਕੀਤਾ ਉਹ ਇਹ ਆ ਕਿ ਜਦ ਤੁਸੀਂ ਕੈਨੇਡਾ ਦੇ ਵਿੱਚ ਲੈਂਡ ਕਰਦੇ ਹੋ, ਲੈਂਡ ਕਰਨ ਤੋਂ ਬਾਅਦ 14 ਦਿਨ ਤੱਕ ਲਗਾਤਾਰ ਤੁਹਾਨੂੰ ਮਾਸਕ ਪਾ ਕੇ ਰੱਖਣਾ ਪਊਗਾ। ਆਮ ਤੌਰ ਤੇ ਬਾਕੀ ਉੱਥੇ ਦੇ ਰੈਜ਼ੀਡੈਂਟਸ ਨੇ ਉਹਨਾਂ ਨੂੰ ਮਾਸਕ ਉਹਨਾਂ ਮੈਂਡੇਟਰੀ ਨਹੀਂ ਹੈਗਾ, ਪਰ ਜਿਹੜਾ ਜਿਹੜਾ ਕੋਈ ਯਾਤਰੂ ਬਾਹਰੋਂ ਜਾ ਰਿਹਾ ਹੋਵੇ, ਚਾਹੇ ਤੁਸੀਂ ਕਿਸੇ ਵੀ ਵੀਜ਼ਾ ਕੈਟਾਗਰੀ ਵਿੱਚ ਹੈਗੇ ਹੋ, ਤੁਹਾਨੂੰ 14 ਦਿਨ ਲਈ ਹੁਣ ਮਾਸਕ ਪਾ ਕੇ ਰੱਖਣਾ ਵਾਂਸ ਯੂ ਰੀਚ ਇਨ ਕੈਨੇਡਾ ਜ਼ਰੂਰੀ ਹੋ ਗਿਆ ਵਾ। ਰੈਂਡਮ ਤੁਹਾਡਾ ਟੈਸਟ ਜਿਹੜਾ ਕੋਵਿਡ ਦਾ ਉਹ ਤਾਂ ਉੱਥੇ ਹੁੰਦਾ ਹੀ ਹੈ, ਇੱਥੋਂ ਆਰਟੀਪੀਸੀਆਰ ਟੈਸਟ ਕਰਾ ਕੇ ਜਾਣਾ ਜ਼ਰੂਰੀ ਨਹੀਂ ਹੈਗਾ। ਦੂਸਰੀ ਵੱਡੀ ਅਪਡੇਟ ਸੀਗੀ ਏਅਰ ਕੈਨੇਡਾ ਦੀਆਂ ਫਲਾਈਟਸ ਨੂੰ ਲੈ ਕੇ, ਜਿਹੜੀਆਂ ਕਿ ਡਾਇਰੈਕਟ ਫਲਾਈਟਸ ਵੈਨਕੂਵਰ ਟੂ ਨਿਊ ਦਿੱਲੀ ਆਉਂਦੀਆਂ ਸੀਗੀਆਂ ਜਾਂ ਦਿੱਲੀ ਤੋਂ ਵੈਨਕੂਵਰ ਵਾਪਸ ਜਾਂਦੀਆਂ ਸੀਗੀਆਂ, ਉਹ ਹੁਣ ਕੈਂਸਲ ਕਰ ਦਿੱਤੇ ਗਏ ਨੇ ਪਿਛਲੇ 8-9 ਦਿਨ ਪਹਿਲਾਂ। ਦੂਜੇ ਪਾਸੇ ਮੌਂਟਰੀਅਲ ਅਤੇ ਟੋਰਾਂਟੋ ਤੋਂ ਜਿਹੜੀਆਂ ਡਾਇਰੈਕਟ ਫਲਾਈਟਸ ਆ ਰਹੀਆਂ ਨੇ ਉਹ ਉਦਾਂ ਹੀ ਰਹਿਣਗੀਆਂ ਜਿੱਦਾਂ ਪਹਿਲਾਂ ਚੱਲ ਰਹੀਆਂ ਸੀਗੀਆਂ। ਕੋਵਿਡ ਦੇ ਕੇਸਿਸ ਕਿਉਂਕਿ ਔਨ ਦੇ ਰਾਈਜ਼ ਨੇ, ਇਸ ਕਰਕੇ ਨਵੇਂ ਨਵੇਂ ਡਾਇਰੈਕਟਿਵਸ ਹੁਣ ਆਪਾਂ ਨੂੰ ਹੋਰ ਆਉਂਦੇ ਹੋਏ ਨਜ਼ਰ ਆ ਸਕਦੇ ਨੇ। ਅਲੱਗ ਅਲੱਗ ਪ੍ਰੋਵਿੰਸਿਸ ਨੇ ਕੁਝ ਰਿਸਟ੍ਰਿਕਸ਼ਨ ਹੁਣ ਦੁਬਾਰਾ ਤੋਂ ਵੀ ਔਨ ਕਰਨੇ ਸ਼ੁਰੂ ਕਰ ਦਿੱਤੀਆਂ ਨੇ। ਹੋਪ ਰੱਖੀ, ਉਮੀਦ ਰੱਖੀ ਕਿ ਕੇਸਿਸ ਬਹੁਤ ਜ਼ਿਆਦਾ ਨਾ ਵਧਣ, ਜਿਹਦੇ ਕਰਕੇ ਜਿੱਦਾਂ ਪਹਿਲਾਂ ਆਉਣ ਜਾਣ ਦੇ ਵਿੱਚ ਥੋੜ੍ਹੀ ਜਿਹੀ ਤਕਲੀਫ ਸੀਗੀ, ਉਦਾਂ ਦੀ ਤਕਲੀਫ ਆਪਾਂ ਨੂੰ ਦੁਬਾਰਾ ਆਉਂਦੀ ਹੋਈ ਨਜ਼ਰ ਨਾ ਆਵੇ। ਹੁਣ ਆਪਾਂ ਗੱਲ ਕਰੀਏ ਅਲੱਗ ਅਲੱਗ ਵੀਜ਼ਾ ਫਾਈਲਸ ਦੀ ਟਾਈਮਲਾਈਨ ਨੂੰ ਲੈ ਕੇ। ਇਹਦੇ ਵਿੱਚ ਖਾਸ ਤੌਰ 'ਤੇ ਪਹਿਲਾਂ ਤਾਂ ਹੈਗਾ ਸਟੂਡੈਂਟ ਵੀਜ਼ਾ, ਜਿੱਥੇ 90 ਤੋਂ 100 ਦਿਨ ਅਪਰੋਕਸੀਮੇਟ ਟਾਈਮ ਲੱਗ ਰਿਹਾ ਐਵਰੇਜ ਟਾਈਮ ਐਪਲੀਕੇਸ਼ਨਸ ਨੂੰ ਪ੍ਰੋਸੈਸ ਹੋਣ ਦਾ। ਜਨਵਰੀ ਫੈਬਰੇਰੀ ਦੀਆਂ ਲੱਗੀਆਂ ਹੋਈਆਂ ਕੁਛ ਐਪਲੀਕੇਸ਼ਨ ਦੇ ਉੱਪਰ ਰਿਜ਼ਲਟ ਆ ਗਏ ਨੇ, ਨਾਲ ਦੀ ਨਾਲ ਇਸੇ ਟਾਈਮ 'ਤੇ ਲੱਗੀਆਂ ਹੋਈਆਂ ਕੁਛ ਐਪਲੀਕੇਸ਼ਨ ਦੇ ਰਿਜ਼ਲਟ ਹਾਲੇ ਸਟਿਲ ਪੈਂਡਿੰਗ ਪਏ ਨੇ। ਦੂਜੇ ਪਾਸੇ ਵਿਜ਼ਿਟਰ ਵੀਜ਼ਾ ਦੀ ਗੱਲ ਕਰੀਏ, ਉੱਥੇ ਪਹਿਲਾਂ ਟਾਈਮਲਾਈਨ 4 ਮਹੀਨੇ ਸੀਗਾ, ਹੁਣ ਵਧਾ ਕੇ ਉਹ 6 ਮਹੀਨੇ ਕਰ ਦਿੱਤਾ ਗਿਆ ਵਾ। ਸਾਡੇ ਕੋਲ ਕਰੰਟਲੀ ਡਿਸੰਬਰ ਦੀਆਂ ਲੱਗੀਆਂ ਹੋਈਆਂ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਵਿਜ਼ਿਟਰ ਵੀਜ਼ਾ ਦੀਆਂ, ਉਹਨਾਂ ਦੇ ਉੱਪਰ ਕੁਛ ਰਿਜ਼ਲਟਸ ਆਏ ਨੇ। ਇਹਦਾ ਸੁਪਰ ਵੀਜ਼ਾ ਦੀ ਐਪਲੀਕੇਸ਼ਨ, ਹਾਲਾਂਕਿ ਉਹਦਾ ਟਾਈਮ 70-80 ਦਿਨ ਦਾ ਵਾ, ਪਰ ਉੱਥੇ ਵੀ ਟਾਈਮ ਹੈਗਾ ਅੱਜ ਦੀ ਡੇਟ 'ਚ ਅਪਰੋਕਸੀਮੇਟ 5 ਤੋਂ 6 ਮਹੀਨੇ ਲੱਗ ਰਿਹਾ ਵਾ। ਸਪਾਊਜ਼ਲ ਓਪਨ ਵਰਕ ਪਰਮਿਟ ਦੀ ਜੇ ਮੈਂ ਗੱਲ ਕਰਾਂ, ਉੱਥੇ ਜਿਹੜਾ ਟਾਈਮਲਾਈਨ ਹੈਗਾ ਵਾ ਕਰੰਟਲੀ ਜਨਵਰੀ ਤੋਂ ਲੈ ਕੇ ਜੂਨ 2021 ਤੱਕ ਦੀਆਂ ਜਿਹੜੀਆਂ ਫਾਈਲਸ ਨੇ, ਮੈਕਸੀਮਮ ਉਹੀ ਫਾਈਲਸ ਪ੍ਰੋਸੈਸ ਹੋ ਰਹੀਆਂ ਨੇ। ਕੁਝ ਫਾਈਲਸ ਜਿਹੜੀਆਂ ਜੁਲਾਈ 2021 ਦੀਆਂ ਲੱਗੀਆਂ ਹੋਈਆਂ ਸੀਗੀਆਂ, ਉਹਨਾਂ ਦੇ ਵੀ ਇਸ ਟਾਈਮ 'ਤੇ ਕੰਮ ਚੱਲ ਰਿਹਾ, ਉਹਨਾਂ ਦੀ ਵੀ ਪ੍ਰੋਸੈਸਿੰਗ ਹੋ ਰਹੀ ਹੈ। PR ਦੀ ਐਪਲੀਕੇਸ਼ਨ ਦੀ ਗੱਲ ਕਰਾਂ, ਐਕਸਪ੍ਰੈਸ ਸੈਂਟਰ ਦੇ ਵਿੱਚ ਖਾਸ ਤੌਰ 'ਤੇ ਉੱਥੇ ਹਲੇ ਕੋਈ ਵੀ ਰਿਜ਼ਲਟ ਆਉਂਦਾ ਹੋਇਆ ਨਜ਼ਰ ਨਹੀਂ ਆਇਆ। ਪਿਛਲੇ 1-1.5 ਸਾਲ ਤੋਂ ਲੱਗੇ ਐਪਲੀਕੇਸ਼ਨ, ਹਾਲਾਂਕਿ ਉਹਦਾ ਟਾਈਮ ਫਰੇਮ ਇਸ ਟਾਈਮ 'ਤੇ ਵਧਾ ਕੇ ਇਹਨਾਂ ਨੇ 2 ਸਾਲ ਕਰ ਦਿੱਤਾ ਵਾ, ਬਟ ਐਟ ਦਾ ਸੇਮ ਟਾਈਮ ਬੈਕ ਐਂਡ 'ਤੇ ਕਾਫੀ ਫਾਸਟ ਪ੍ਰੋਸੈਸਿੰਗ ਹੋ ਰਹੀ ਆ ਪਰਮਿਟ ਰੈਜੀਡੈਂਟ ਦੀ ਐਪਲੀਕੇਸ਼ਨ ਦੀ। PR ਟੂ PR ਦੀਆਂ ਕੁਛ ਐਪਲੀਕੇਸ਼ਨ ਦੇ ਉੱਪਰ ਬੜੇ ਫਾਸਟ ਰਿਜ਼ਲਟ ਕੱਢੇ ਨੇ ਪਿਛਲੇ 3-4 ਹਫ਼ਤੇ ਦੇ ਵਿੱਚ। ਉਮੀਦ ਰੱਖੀਏ ਕਿ ਐਕਸਪ੍ਰੈਸ ਐਂਟਰੀ ਦੀ ਜਿਹੜੀ ਫਾਈਲਸ ਨੇ ਇਹਨਾਂ 'ਤੇ ਵੀ ਆਪਾਂ ਨੂੰ ਟਾਈਮ ਜਿਹੜਾ ਵਾ ਉਹ ਘੱਟਦਾ ਹੋਇਆ ਨਜ਼ਰ ਆਊਗਾ। ਨਾਲ ਹੀ ਫੈਮਿਲੀ ਕਲਾਸ ਸਪਾਊਸਲ ਵੀਜ਼ਾ ਦੀ ਐਪਲੀਕੇਸ਼ਨ ਦੇ ਉੱਪਰ ਵੀ ਆ ਟਾਈਮ ਥੋੜ੍ਹਾ ਜਿਹਾ ਵੱਧ ਕੇ 14-15 ਮਹੀਨੇ ਹੋ ਗਿਆ, ਇਹ ਵੀ ਉਮੀਦ ਰੱਖੀਏ ਬੜੀ ਜਲਦੀ ਆਪਾਂ ਨੂੰ 12 ਮਹੀਨੇ 'ਤੇ ਘੱਟਦਾ ਹੋਇਆ ਨਜ਼ਰ ਆਊਗਾ। ਇਹ ਕੁਛ ਵੀਜ਼ਾ ਟਾਈਮਲਾਈਨ ਸੀਗੀਆਂ ਜੋ ਸਾਡੇ ਕੋਲ ਅਲੱਗ ਅਲੱਗ ਲੋਕ ਪੁੱਛਦੇ ਨੇ, ਮੈਂ ਸੋਚਿਆ ਕਿਉਂ ਨਾ ਇਸ ਵੀਡੀਓ ਰਾਹੀਂ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਜਾਵੇ। ਸਪਟੰਬਰ 2022 ਲੈ ਕੇ ਸਾਡੇ ਕੋਲ ਹਲੇ ਵੀ ਕੁਛ ਆਪਸ਼ਨ ਹੈਗੀਆਂ ਕੈਨੇਡਾ ਦੇ ਵਿੱਚ, ਬੜੀਆਂ ਲਿਮਿਟਡ ਜੀਆਂ। ਤੁਹਾਡੇ ਕੋਈ ਐਪਲੀਕੇਸ਼ਨ ਹੈਗੀ ਜ਼ਰੂਰ ਸਾਨੂੰ ਕੰਸਲਟ ਕਰ ਸਕਦੇ ਹੋ। ਜਨਵਰੀ 2023 ਲਈ ਬਹੁਤ ਸਾਰੇ ਇੰਸਟੀਟਿਊਸ਼ਨ ਇਸ ਟਾਈਮ 'ਤੇ ਐਪਲੀਕੇਸ਼ਨ ਐਕਸੈਪਟ ਕਰ ਰਹੇ ਨੇ ਅਟਾਇਰ ਕੈਨੇਡਾ, ਕੋਈ ਆਪਦੀ ਐਪਲੀਕੇਸ਼ਨ ਪ੍ਰੋਸੈਸ ਕਰਾਉਣਾ ਚਾਹੁੰਦੇ ਜ਼ਰੂਰ ਕਰਾ ਸਕਦੇ ਹੋ। ਰਿਫਿਊਜ਼ਲ ਆ ਤੁਹਾਡਾ ਕੇਸ, ਆ ਚਾਹੇ ਸਟੱਡੀ ਵੀਜ਼ਾ ਦਾ, ਵਿਜ਼ਟਰ ਵੀਜ਼ਾ ਦਾ ਜਾਂ ਸਪਾਊਸਲ ਓਪਨ ਵਰਕ ਪਰਮਿਟ ਦਾ, ਜ਼ਰੂਰ ਸਾਡਾ ਡਿਸਕਸ ਕਰੋ। ਸਾਡੀ ਕਾਫੀ ਮਹਾਰਤਾ ਹੈਗੀ ਆ ਰਿਫਿਊਜ਼ਲ ਕੇਸਿਸ ਨੂੰ ਲੈ ਕੇ। ਬਾਕੀ ਅਸੀਂ ਇੰਸਟਾਗ੍ਰਾਮ 'ਤੇ ਵੀ ਸਾਡੀ ਪ੍ਰੈਜੈਂਸ ਹੈਗੀ ਆ, ਫੇਸਬੁੱਕ 'ਤੇ ਵੀ ਹੈਗੀ ਆ, ਇਹ ਸਾਡਾ ਯੂਟਿਊਬ ਦਾ ਚੈਨਲ ਵੀ ਹੈਗਾ। ਮੈਂ ਜ਼ਰੂਰ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਸਬਸਕ੍ਰਾਈਬ ਕਰੋ ਅਗਰ ਤੁਸੀਂ ਹੁਣ ਤੱਕ ਨਹੀਂ ਕੀਤਾ। ਅਸੀਂ ਲਾਈਵ ਪ੍ਰੋਗਰਾਮ ਵੀ ਹੁਣ ਕਰਦੇ ਹਾਂ ਆਪਣੇ ਯੂਟਿਊਬ ਦੇ ਚੈਨਲ 'ਤੇ, ਮੰਡੇ ਅਤੇ ਵੈਡਨਸਡੇ ਨੂੰ 4 ਵਜੇ ਔਰ ਹਰ ਸੈਟਰਡੇ ਨੂੰ 4:45 ਵਜੇ, ਅਤੇ ਜ਼ਰੂਰ ਸਾਡੇ ਨਾਲ ਤੁਸੀਂ ਉਸ ਲਾਈਵ ਸੈਸ਼ਨ 'ਚ ਵੀ ਟੱਚ ਹੋ ਕੇ ਆਪਣੇ ਸਵਾਲ ਜਵਾਬ ਪੁੱਛ ਸਕਦੇ। ਥੈਂਕ ਯੂ, ਸਤਿ ਸ਼੍ਰੀ ਅਕਾਲ।